ਭਵਾਨੀਗੜ੍ਹ ਸਬ ਡਿਵੀਜ਼ਨ ਦੇ ਵਿੱਚ ਹੋ ਰਹੀਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਪ੍ਰਚਾਰ ਸਾਰੀਆਂ ਹੀ ਪਾਰਟੀਆਂ ਵੱਲੋਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਹੈ। ਹਰ ਇੱਕ ਪਾਰਟੀ ਵੱਲੋਂ ਇੱਕ ਦੂਜੇ ਦੇ ਉੱਪਰ ਦੋਸ਼ ਲਾਉਣ ਦਾ ਸਿਲਸਿਲਾ ਵੀ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਪਰ ਹੈ। ਅੱਜ ਪਿੰਡ ਛੋਟੀ ਪੱਟੀਵਾਲਾ ਅਤੇ ਬਾਸੀ ਅਰਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ। ਬਾਬੂ ਪ੍ਰਕਾਸ਼ ਚੰਦ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਉਮੀਦਵਾਰ ਭਾਰੀ ਬਹੁਮਤ ਦੇ ਨਾਲ ਜਿੱਤਣਗੇ, ਚਾਹੇ ਕਾਂਗਰਸ ਪਾਰਟੀ ਕਿੰਨੀਆਂ ਹੀ ਰੁਕਾਵਟਾਂ ਕਿਉਂ ਨਾ ਖੜੀਆਂ ਕਰ ਦੇਵੇ। ਬਾਸੀ ਅਰਥ ਤੋਂ ਕੈਮਰਾਮੈਨ ਮਨਜੀਤ ਦੇ ਨਾਲ ਸ਼ਿੰਦਰਪਾਲ, ਆਜ਼ਾਦ ਟੀਵੀ ਨਿਊਜ਼। ਉਹ ਬਾਸੀ ਹਰਖ ਇਕੱਲਾ ਇਹ ਨਹੀਂ ਕਿ ਮੇਰੇ ਹਲਕੇ ਦਾ ਪਿੰਡ ਹੈ, ਮੇਰੀ ਸਾਂਝ ਇੱਥੇ ਬਹੁਤ ਜ਼ਿਆਦਾ ਔਰ ਸਾਂਝ ਵੀ ਮੇਰੀ ਪਰਿਵਾਰਕ ਹੈ। ਹਰ ਘਰ ਦੇ ਨਾਲ, ਹਰ ਪਰਿਵਾਰ ਨਾਲ, ਚਾਹੇ ਨੌਜਵਾਨ ਬੱਚਾ ਚਾਹੇ ਕੋਈ ਬਜ਼ੁਰਗ ਹੈ। ਮੈਂ ਅੱਜ ਬੇਨਤੀ ਕਰਨ ਲਈ ਆਇਆ ਸੀਗਾ ਕਿ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀ ਇਲੈਕਸ਼ਨ ਹੈ, ਸਰਕਾਰ ਬੁਖਲਾਈ ਹੋਈ ਹੈ, ਉਹਨਾਂ ਕੋਲ ਪੈਰ ਹੀ ਹੈ ਨਹੀਂ ਔਰ ਲੋਕਾਂ ਕੋਲ ਵੋਟਾਂ ਕਿਸ ਢੰਗ ਨਾਲ ਲੈਣ ਜਾਣਗੇ, ਕਿਉਂਕਿ ਲੋਕ ਉਹਨਾਂ ਨੂੰ ਪੁੱਛੀ ਜਾਂਦੇ ਨੇ ਵੀ ਚਿੱਠੀਆਂ ਲੈ ਕੇ ਆਇਓ ਨੌਕਰੀ ਦੀਆਂ, ਕਰਜ਼ੇ ਮਾਫ਼ੀ ਦੇ ਲੈ ਕੇ ਆਇਓ ਸਰਟੀਫਿਕੇਟ ਸਾਡੇ ਕੋਲ, ਦੱਸੋ ਤੁਸੀਂ ਲੈ ਕੇ ਕੀ ਆਇਓ। ਹੁਣ ਇੱਕੋ ਕੰਮ ਕਰਿਆ ਵੀ ਜਿਹੜੇ ਪੈਸੇ ਅਸੀਂ ਭੇਜੇ ਸੀਗੇ ਉਹ ਖੋੜੇ, ਜਾਂ ਜਿਹੜੇ ਬੱਚੇ ਨੌਕਰੀਆਂ ਦੇ ਟੈਂਪਰੇਰੀ ਵੀ ਲੱਗੇ ਤੇ ਆਊਟਸੋਰਸਿੰਗ ਦੇ ਲੱਗੇ ਤੇ ਉਹ ਹਟਾ ਤੇ। ਹੁਣ ਵੋਟ ਮੰਗਣ ਦਾ ਤਾਂ ਉਹਨਾਂ ਕੋਲ ਕੋਈ ਮੂੰਹ ਨਹੀਂ ਹੈ, ਲੋਕਾਂ 'ਚ ਜਾਣ ਤੋਂ ਡਰਦੇ ਨੇ, ਅਫਸਰਾਂ 'ਤੇ ਦਬਾਅ ਪਾਈ ਜਾਂਦੇ ਨੇ। ਐਸ ਡੀ ਐਮ ਭਵਾਨੀਗੜ੍ਹ ਜਿਹੜਾ ਇਹਨਾਂ ਦਾ ਰਿਟਰਨਿੰਗ ਅਫਸਰ ਹੈ, ਉਹ ਬੜਾ ਸਾਊ ਲੱਗਦਾ ਸੀਗਾ, ਉਹਦੀਆਂ ਲੱਤਾਂ ਨੇ ਵਿਚਾਰੇ ਨੇ ਵਜਨ ਨਹੀਂ ਚੱਕਿਆ ਹੈਗਾ, ਇੰਨਾ ਦਬਾਅ ਪਾ ਲਿਆ ਕਿ 6 ਜੂਨਾਂ ਦੇ ਕਾਗਜ਼ ਰੱਦ ਕਰ। ਰੱਦ ਕਰਨ ਦਾ ਜੇ ਕਾਰਨ ਮੈਂ ਪੰਜਾਬ ਦੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਕਿਹਾ ਕਿ ਜੀ ਵਿਜੇ ਇਹਨਾਂ ਨੇ ਪਾਣੀ ਦਾ ਬਿੱਲ ਨਹੀਂ ਭਰਿਆ, ਕੈਂਡੀਡੇਟ ਨੇ ਕਿਸੇ 'ਤੇ ਦੋਸ਼ ਲਾਤਾ ਵੀ ਇਹਦੇ ਕੋਲ ਇੱਕ ਫੁੱਟ ਜਗ੍ਹਾ ਸਰਕਾਰ ਦੀ ਹੈ, ਕਿਸੇ 'ਤੇ ਦੋਸ਼ ਲਾਤਾ ਕਿ ਜੀ ਇਹ ਸੜਕ ਦੇ ਪਰਲੇ ਪਾਸੇ ਜਿਹੜੀ ਰੂੜੀ ਪਈ ਹੈ, ਲੋਕਾਂ ਨੇ ਦੱਸਿਆ ਵੀ ਰੂੜੀ ਇਸੇ ਦੀ ਹੈ। ਸੋ ਇਸ ਕਰਕੇ ਸਰਕਾਰ ਭੱਜ ਗਈ ਕਿ ਲੋਕ ਉਹਨਾਂ ਤੋਂ ਜਵਾਬ ਮੰਗਦੇ ਨੇ, ਔਰ ਮੈਂ ਬੇਨਤੀ ਕਰਨ ਲਈ ਆਇਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੋਟ ਦੀ ਗੱਲ, ਮੈਂ ਸੋਚਾਂ ਤੁਸੀਂ ਦੇਖੋਗੇ ਕਿ 80% ਤੋਂ ਵੱਧ ਵੋਟ ਵੀ ਪਿੰਡ ਦੀ ਪੈ ਸਕਦੀ। ਇਹਨਾਂ ਲੋਕਾਂ ਦੇ ਵਿੱਚ ਉਤਸ਼ਾਹ ਅਤੇ ਜੋਸ਼ ਹੈ ਔਰ ਸੋਮਾ ਕਪਿਆਲ ਜਾਂ ਸੋਮਾ ਕਰਾਚੋ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ, ਜਿੰਨਾ ਉਸਨੂੰ ਖਿਡਾਰੀ, ਜਿੰਨੇ ਉਸਨੂੰ ਨੌਜਵਾਨ ਬੱਚੇ ਪਿਆਰ ਕਰਦੇ ਨੇ, ਸੈਂਕੜੇ ਨੌਜਵਾਨ ਬੱਚਿਆਂ ਦੇ ਟੈਲੀਫੋਨ ਮੈਨੂੰ ਆ ਕਿ ਜੀ ਤੁਸੀਂ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਆ ਔਰ ਇਹ ਸੋਮੇ ਦੀ ਹੋਣੀ ਹੈ, ਇਹ ਸਾਡੇ ਨੌਜਵਾਨ ਬੱਚਿਆਂ ਦੀ ਸਾਡੀ ਜਿਹੜੀ ਹੈ ਇਹ ਚੋਣ ਹੈ ਔਰ ਮੈਨੂੰ ਪੂਰੀ ਉਮੀਦ ਹੈ, ਮੇਰਾ ਆਪਣਾ ਨਜ਼ਰ ਹੈ ਵੀ ਵੱਡੀ ਗਿਣਤੀ ਦੇ ਵਿੱਚ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਜਿੱਤੂਗਾ ਅਤੇ ਸਰਕਾਰ ਦੀ ਅਕਲ ਟਿਕਾਣੇ ਲੋਕ ਲੈ ਕੇ ਆਉਣਗੇ।